ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ ਸਤਿ ਸ਼੍ਰੀ ਅਕਾਲ ਜੀ ਮੈਂ ਹੀਨਾ ਬਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਚੈਨਲ ਦੇ ਥਰੂ ਤੁਹਾਡੇ ਤੱਕ ਜਿੰਨੀਆਂ ਵੀ ਰੀਸੈਂਟਸ ਅਪਡੇਟ ਰਹਿੰਦੇ ਹਨ ਜਾਂ ਤੁਹਾਡੀ ਪ੍ਰੋਫਾਈਲ ਦੇ ਨਾਲ ਰਿਲੇਟਡ ਜਿੰਨੀ ਵੀ ਇਨਫੋਰਮੇਸ਼ਨ ਰਹਿੰਦੀ ਹੈ ਤੁਹਾਨੂੰ ਇੱਕ ਦੱਸਦੇ ਰਹਿੰਦੇ ਆ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਆ ਸੋ ਅੱਜ ਦਾ ਜੋ ਮੇਰਾ ਟੌਪਿਕ ਰਹੇਗਾ ਉਹ ਰੀਸੈਂਟ ਰਿਫਿਊਜ਼ਲਸ ਜਿਨ੍ਹਾਂ ਦੀ ਕਲਾਇੰਟਾਂ ਦੀ ਆਈ ਹੈ ਉਹਨਾਂ ਬਾਰੇ ਅਸੀਂ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਇਸ ਟਾਈਮ ਤੇ ਜੋ ਵੀਜ਼ਾ ਦਾ ਸਕਸੈਸ ਰੇਟ ਹੈ ਬਹੁਤ ਵਧੀਆ ਚੱਲਦਾ ਪਿਆ ਤੁਸੀਂ ਇਸ ਵਾਂਗ ਤੇ ਨਹੀਂ ਰਹਿਣਾ ਕਿ ਮੇ ਪੂਰੀ ਫੈਮਲੀ ਦੀ ਰਿਫਿਊਜ਼ਲ ਆ ਗਈ ਹੈ ਜਾਂ ਮੇਰੇ ਕਿਸੇ ਫਰੈਂਡ ਦੀ ਵੀ ਰਿਫਿਊਜ਼ਲ ਆ ਗਈ ਹੈ ਤੇ ਮੈਂ ਆਪਣਾ ਕੇਸ ਨਾ ਅਪਲਾਈ ਕਰਾਂ ਕਿਉਂਕਿ ਇਸ ਟਾਈਮ ਤੇ ਸ਼ਾਇਦ ਰਿਫਿਊਜ਼ਲ ਰੇਸ਼ੋ ਪਧਿਆ ਹੋਇਆ ਹੈ ਬਿਲਕੁਲ ਨਹੀਂ ਅਦਾ ਦੀ ਕੋਈ ਵੀ ਗੱਲ ਨਹੀਂ ਹੈਗੀ ਦੇਖੋ ਰੇਸ਼ੋ ਬਹੁਤ ਵਧੀਆ ਚੱਲਦਾ ਉਹ ਸ਼ੁਰੂ ਤੋਂ ਹੀ ਬਹੁਤ ਵਧੀਆ ਚੱਲਦਾ ਰਿਹਾ ਹੈ ਲੇਕਿਨ ਹਾਂ ਇੱਕ ਪੀਕ ਟਾਈਮ ਹੁੰਦਾ ਇਸ ਟਾਈਮ ਤੇ ਉਹ ਪੀਕ ਟਾਈਮ ਹੈ ਬਿਲਕੁਲ ਜਦੋਂ ਵੀ ਬੰਦ ਹੋਏ ਨੇ ਵੀਜ਼ੇ ਉਸ ਤੋਂ ਬਾਅਦ ਜਦੋਂ ਵੀ ਓਪਨ ਹੋਏ ਆ ਤੇ ਜਿੰਨੀਆਂ ਵੀ ਕੰਟਰੀਜ਼ ਨੇ ਉਹਨਾਂ ਨੇ ਵੀਜ਼ੇ ਦਿੱਤੇ ਨੇ ਸੋ ਤੁਸੀਂ ਵੀ ਇਸ ਚੀਜ਼ ਤੋਂ ਦੂਰ ਨਾ ਰਹੋ ਤੁਸੀਂ ਆਪਣੀ ਫਾਈਲ ਅਪਲਾਈ ਕਰੋ ਲੇਕਿਨ ਜ਼ਰੂਰੀ ਹੈ ਕਿ ਤੁਹਾਡੀ ਫਾਈਲ ਬਿਲਕੁਲ ਪਰਫੈਕਟ ਹੋਣੀ ਚਾਹੀਦੀ ਹੈ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਚੈਕਲਿਸਟ ਦੇ ਅਕੋਰਡਿੰਗ ਜੋ ਵੀ ਜੋ ਵੀ ਚੈਕਲਿਸਟ ਉਹਨਾਂ ਨੇ ਅਰੇਂਜ ਕੀਤੀ ਹੋਈ ਏ ਉਸ ਦੇ ਅਕੋਰਡਿੰਗ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਏ ਚਾਹੇ ਉਹ ਬੈਂਕ ਸਟੇਟਮੈਂਟ ਨੂੰ ਲੈ ਕੇ ਹੋਏ ਚਾਹੇ ਉਹ ਆਈਟੀਆਰ ਨੂੰ ਲੈ ਕੇ ਹੋਏ ਚਾਹੇ ਉਹ ਕੀ ਕਹਿੰਦੇ ਆ ਪ੍ਰੋਪਰਟੀ ਦੇ ਡਾਕੂਮੈਂਟ ਹੋਣ ਚਾਹੇ ਉਹ ਤੁਹਾਡੇ ਜੌਬ ਦੇ ਡਾਕੂਮੈਂਟ ਹੋਣ ਐਨਓਸੀ ਹੋਏ ਕੁਝ ਵੀ ਤੁਸੀਂ ਜਦੋਂ ਵੀ ਆਪਣਾ ਅਪਲਾਈ ਕਰਨਾ ਸਭ ਤੋਂ ਪਹਿਲਾਂ ਆਪਣੇ ਇਨਕਮ ਦੇ ਪ੍ਰੂਫ ਜ਼ਰੂਰ ਦੇਖਣੇ ਆ ਬੈਂਕ ਸਟੇਟਮੈਂਟਸ ਮੇਨਟੇਨ ਨੇ ਫਰੈਸ਼ ਬੈਂਕ ਸਟੇਟਮੈਂਟ ਨਹੀਂ ਲਗਾਨੀ ਹੈਗੀ ਠੀਕ ਹੈ ਨਾਲ ਦੀ ਨਾਲ ਆਈਟੀਆਰ ਜਿੰਨੀ ਵੀ ਭਰੀ ਆ ਲੋਕੀ ਸੋਚਦੇ ਨੇ 4 ਲੱਖ ਦੀ ਆਈਟੀਆਰ ਅਸੀਂ ਭਰ ਲਈ ਤੇ ਸਾਡੀ ਆਈਟੀਆਰ ਬਹੁਤ ਹੈ ਉਹ ਜ਼ਿਆਦਾ ਦੀ ਆਈਟੀਆਰ ਹੁਣ ਤੁਸੀਂ ਭਰਨੀ ਸ਼ੁਰੂ ਕਰ ਦੋ ਬਹੁਤ ਪਹਿਲਾਂ ਦੀ ਗੱਲ ਹੋ ਗਈ ਕਿ ਹੁਣ ਪਹਿਲਾਂ ਲੋਕ 4 ਲੱਖ ਦੀ ਆਈਟੀਆਰ ਪਰਦੇਸੀ ਤੇ ਸੋਚਦੇ ਸੀ ਬਹੁਤ ਅਮਾਉਂਟ ਦੀ ਅਸੀਂ ਆਈਟੀਆਰ ਭਰ ਰਹੇ ਹਾਂ ਲੇਕਿਨ ਅੱਜ ਦੇ ਟਾਈਮ ਤੇ ਜਿੱਥੇ ਖਰਚੇ ਬਹੁਤ ਵੱਧ ਰਹੇ ਨੇ ਜਿੱਥੇ ਤੁਹਾਡਾ ਐਕਸਪੈਂਸ ਬਹੁਤ ਵੱਧ ਰਿਹਾ ਉੱਥੇ ਤੁਹਾਡੀ ਆਈਟੀਆਰ ਵੀ ਥੋੜੀ ਹੈਵੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਨਾਲ ਆਪਣੇ ਸਾਰੇ ਪ੍ਰੂਫ ਤੁਸੀਂ ਲਗਾਓ ਬਹੁਤ ਲੋਕ ਇਹ ਸੋਚ ਕੇ ਬੈਠੇ ਨੇ ਕਿ ਸ਼ਾਇਦ ਅਸੀਂ ਫਰੈਸ਼ ਪਾਸਪੋਰਟ ਤੇ ਅਪਲਾਈ ਕੀਤਾ ਤੇ ਤਾਂ ਸਾਡੀ ਰਿਫਿਊਜ਼ਲ ਆ ਗਈ ਹੈ ਬਿਲਕੁਲ ਨਹੀਂ ਤੁਹਾਡੀ ਡਾਕੂਮੈਂਟੇਸ਼ਨ ਜੇ ਤੁਹਾਡੀ ਫਾਈਲ ਜੇ ਤੁਹਾਡੇ ਪਰਪ ਜ਼ਰੂਰ ਹੋਏਗੀ ਕਵਰਿੰਗ ਲੈਟਰ ਦੇ ਵਿੱਚ ਤੁਸੀਂ ਕੀ ਐਕਸਪ੍ਰੈਸ਼ਨ ਆਪਣੇ ਦੇ ਰਹੇ ਹੋ ਕੀ ਤੁਸੀਂ ਦੱਸ ਰਹੇ ਹੋ ਕਿ ਕਿਉਂ ਅਸੀਂ ਆਪਣਾ ਕਿਸ ਤੁਹਾਡੀ ਕੰਟਰੀ ਦੇ ਵਿੱਚ ਆਣਾ ਚਾਹੁੰਦੇ ਆ ਕੀ ਰੀਜ਼ਨ ਦੇ ਰਹੇ ਹੋ ਕਿੱਥੇ ਜਾ ਕੇ ਤੁਸੀਂ ਵਿਜ਼ਿਟ ਕਰੋਗੇ ਕਿੰਨਾ ਕੋਲ ਠਹਿਰੋਗੇ ਟੂਰਿਸਟ ਜਾ ਰਹੇ ਹੋ ਹੋਟਲ ਬੁਕਿੰਗ ਤੇ ਜਾ ਰਹੇ ਹੋ ਕਿਹੜੇ ਕਿਹੜੀ ਜਗਾਵਾਂ ਤੇ ਤੁਸੀਂ ਵਿਜ਼ਿਟ ਕਰੋਗੇ ਕਿੰਨੇ ਦਿਨਾਂ ਦੀ ਹੋਟਲ ਬੁਕਿੰਗ ਤੁਸੀਂ ਕਰਵਾਈ ਹੋਈ ਹੈ ਕੀ ਪਲਾਨ ਨੇ ਇਹ ਸਭ ਚੀਜ਼ਾਂ ਲੋਕ ਆਪਣੇ ਕਵਰਿੰਗ ਚ ਦੱਸ ਹੀ ਨਹੀਂ ਰਹੇ ਸੂਤ ਕਿਤੇ ਨਾ ਕਿਤੇ ਤੁਹਾਡੀ ਗਲਤੀ ਹੀ ਐ ਰਹੀ ਹੈ ਜਦੇ ਵੇਲੇ ਨਾਲ ਤੁਹਾਨੂੰ ਰਿਫਿਊਜ਼ਲ ਆ ਰਹੀ ਹੈ ਸੋ ਜਿਨ੍ਹਾਂ ਦੀਆਂ ਹਲੇ ਰਿਫਿਊਜ਼ਲ ਆ ਰੀਸੈਂਟ ਆਈਆਂ ਨੇ ਉਹ ਸਾਡੀ ਟੀਮ ਨੂੰ ਆ ਕੇ ਮਿਲ ਸਕਦੇ ਨੇ ਬਰੌਡਵੇ ਦੇ ਜਿਹੜੀ ਵੀ ਨੀਅਰ ਬ੍ਰਾਂਚ ਤੁਹਾਨੂੰ ਪਏਗੀ ਤੁਸੀਂ ਉਹ ਸਰਚ ਕਰਕੇ ਤੁਸੀਂ ਆਪਣਾ ਅਪਾਇੰਟਮੈਂਟ ਫਿਕਸ ਕਰੋ ਜਾਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰੋ 7696576935 ਸਾਡੀ ਟੀਮ ਤੁਹਾਡੀ ਅਪਾਇੰਟਮੈਂਟ ਫਿਕਸ ਕਰੇਗੀ ਐਕਸਪਰਟਸ ਦੇ ਨਾਲ ਉਹ ਤੁਹਾਨੂੰ ਗਾਈਡ ਕਰਨਗੇ ਕਿ ਕਿਹੜੇ ਕਿਹੜੇ ਡਾਕੂਮੈਂਟੇਸ਼ਨ ਦੀ ਕਮੀ ਰਹਿ ਗਈ ਸੀ ਕਿਹੜੀ ਚੀਜ਼ ਦੀ ਕਮੀ ਤੁਹਾਡੀ ਫਾਈਲ 'ਚ ਰਹਿ ਗਈ ਸੀ ਜਿਸ ਦੀ ਵਜ੍ਹਾ ਨਾਲ ਤੁਹਾਡੀ ਰਿਫਿਊਜ਼ਲ ਆਈ ਏ ਰੀਸੈਂਟ ਅਪਲਾਈ ਮੀਨਸ ਇਦਾਂ ਨਹੀਂ ਹੈ ਕਿ ਤੁਹਾਡੋ ਰਿਫਿਊਜ਼ਲ ਮਿਲੀ ਏ ਤੇ ਅਸੀਂ ਉਹਦੀਆਂ ਕਮੀਆਂ ਨੂੰ ਦੇਖੇ ਬਿਨਾ ਦੁਬਾਰਾ ਉਹਨਾਂ ਹੀ ਡਾਕੂਮੈਂਟਸ ਦੇ ਉੱਤੇ ਫਰੈਸ਼ ਸਟੇਟਮੈਂਟ ਕਢਵਾ ਕੇ ਤੁਹਾਡੀ ਫਾਈਲ ਦੁਬਾਰਾ ਅਪਲੋਡ ਕਰਦੀ ਏ ਇਦਾਂ ਦਾ ਕੁਝ ਨਹੀਂ ਹੋਏਗਾ ਅਸੀਂ ਤੁਹਾਡੀ ਫਾਈਲ ਤੇ ਵਰਕ ਆਊਟ ਕਰਾਂਗੇ ਸਭ ਤੋਂ ਪਹਿਲਾਂ ਦੇਖਾਂਗੇ ਕੀ ਕਮੀ ਰਹਿ ਗਈ ਏ ਕਿਹੜੀ ਚੀਜ਼ ਤੁਸੀਂ ਪ੍ਰੋਪਰ ਨਹੀਂ ਦੇ ਪਾਏ ਜਿਸ ਦੀ ਵਜ੍ਹਾ ਨਾਲ ਅੰਬੇਸੀ ਨੂੰ ਲੱ clients ਕਈਆਂ ਦੀ ਇਨਕਮ ਹੀ ਨਹੀਂ ਹੋਏਗੀ ਜਾਂ ਕਈਆਂ ਨੇ ਸਟੇਟਮੈਂਟ ਫਰੈਸ਼ ਦਿੱਤੀ ਹੋਏਗੀ ਕਈਆਂ ਦਾ ਪਰਪਸ ਨਹੀਂ ਸਟਰੋਂਗ ਹੋਏਗਾ ਅਗਰ ਸਾਨੂੰ ਲੱਗੇਗਾ ਕਿ ਕਿਤੇ ਕਮੀ ਪੂਰੀ ਕਰਨ ਵਾਲੀ ਹੈ ਤੇ ਅਸੀਂ ਤੁਹਾਨੂੰ ਗਾਈਡ ਕਰਾਂਗੇ ਠੀਕ ਹੈ ਉਸ ਅਕੋਰਡਿੰਗ ਤੁਸੀਂ ਆਪਣੀ ਫਾਈਲ ਬਣਾਓ ਤੇ ਆਪਣੀ ਫਾਈਲ ਨੂੰ ਅਪਲੋਡ ਦੁਬਾਰਾ ਕਰ ਸਕਦੇ ਹੋ ਬਾਕੀ ਜ਼ਿਆਦਾ ਡਿਟੇਲ ਦੇ ਲਈ ਤੁਸੀਂ ਸਾਡੀਆਂ ਬ੍ਰਾਂਚਾਂਸ ਵਿਜ਼ਿਟ ਕਰੋ ਤੁਸੀਂ ਸਾਨੂੰ ਕਾਲ ਕਰੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਅਪਡੇਸ਼ਨਸ ਹਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਥੈਂਕ ਯੂ ਸੋ ਮਚ ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ